वेलकम गाइस बैक टू माई यूट्यूब चैनल। आई होप के तुम सारे ठीक होंगे। मैं थोड़ा हनी गल सॉरी, अज थोड़ा ब्लॉग स्टार्टिंग करने थोड़ी लेट हो गई क्योंकि अब पहले हो गए उठ गए तो फिर एक दो काम जी करने से किते करके ब्लॉगिंग स्टार्टिंग हूँ करते आप। बाकी तुम ब्लॉग में करो इंजॉय। तो अच्छ तुम दिखावे आप थले खुडे सारे कबूतर भरा कहते कई मैसेज होंगे बई तू यार जमा कोलो करके नहीं कबूतर दिखाऊंगा गया। कोई गल नहीं भरा, ब्लॉग के आप जमा कोलो कर कर कबूतर दिखावे तो देखो तो राणी सुंदरा भी दिखाएंगे आप। करो चेक। बाकी तुम अपने चैनल में लाइक कमेंट शेयर तो सबसक्राइब जिदा आपको पहला प्यार दे रहे थे जिदा हूँ दें तो अगे भी इदा ही देंदे रहो। तो चलते आप उधर खुडिया तो देखो तो करो इंजॉय। उत्तर अपने आ फिर आ बच्चा गिड़े पाई जाता वा तो चक दोनों छतरियां लाई अद्धे बच्चे आ छतरी से बैठे आ ते बाकी छोटे चौलू मुलू वो छतरी से बैठे आ। हम तुम दिखाने आप थलड़े खोडे के कबूतर तो चोबर तो साढ़े का ध्यान ता वा ब्रो इधर देखियो यो। तो बाकी हम तुम दिखाने बच्चे छड़े हुए आ। मौसम तो काहदा सोहना सी धुप लगी हुई आ तो छड़ते पर चोबर ने हम तुम दिखाने आप थलड़े बच्चे तो देखो दे करो इंजॉय। चारो ऐसा दिखने नहीं वाड़ तू तो जूम तो हरी करती अखा च आपकी सूरज भजी जाता हो जाते दिखा दिखा दे हो जाते चार अपने तो बाकी छतरियों से बैठे आ। हम थोड़ा दूजे खोडे वाले दिखाने आप थलड़े खोडे वाले कबूतर राणी सुंदरा भी दिखावे तो इधर बैठे थले गूंगा ये चुबर गूंगा दिखा फिर राणी सुंदरा सीधी साडी राणी सुंदरा सनखी वाली प्यो 2016 च 17 च बाई है तेरह में अच्छा ते ना हट इधर दादा अच्छा ते इधी माँ भी उससे सी जानी 16 17 च इतने उड़ी थी कि बहुत सिंगल है फिर जोड़ा लगा उन्होंने कटे इधर डब्बा इधर प्यो जड़ा सी वो भी यहीं डब्बा मूत्रा ते उन्हें फिर ये कटे गांव में नीली कबूतरी ला दी अपनी पट्ठी थी उन्हें आ कटी उन्होंने फिर डब्बा कबूतरा तो नीली कबूतरी उन्होंने कटे राणी सुंदरा की भैन जेड़ा साफू ए सच नहीं मासी आ मासी आ ये प्यो की भैन ये साफू वाले उड्डा ही बच्चा अपना ओदे भैन भाई है जिन्ने कटते शाख ही कटते गां ये पता नहीं खटकां भी कट जाते चट्टां भी कट राणी सुंदरा की भैन देखा भैन भाई आ भाई आ राणी सुंदरा आप सनखा वाला है ਇਹਦਾ ਪੱਲਾ ਜਿਹੜਾ ਬਾਜ ਤੋੜ ਗਿਆ ਸੀਗਾ ਇਹ ਵੀ ਦੀ ਭੈਣਾ ਹੈ ਇਹ ਵੀ ਭੈਣਾ ਨਹੀਂ ਇਹ ਵੀ ਭੈਣਾ ਰਾਣੀ ਸੁੰਦਰਾ
ਇਹ ਸਮਝਦਾ ਆਪਦੀ ਫੈਮਿਲੀ ਜੀ ਤੁਰੀ ਫਿਰਦੇ ਨੇ ਸਾਰੇ ਫੈਮਿਲੀ ਮੈਂਬਰ ਵਾਲੇ ਇਹਨਾਂ ਦੇ ਮਾਸੀ ਆ ਕੋਈ ਭੈਣ ਆ ਕੋਈ ਭਰਾ ਕੋਈ ਮਾਸੀ ਮਾਸੀ ਆ ਹਰੀ ਵਾਲੀ ਉਹ ਕੂਤਰ ਲਿਆਂਦਾ ਬੱਚੇ ਉਹ ਬੱਚੇ ਕਢਾਉਂਦੇ ਕਹਿੰਦਾ ਤੇ ਆ ਵੀ ਇਹਦੀ ਭੈਣ ਆ ਸਿੱਧਾ ਸਿੱਧਾ ਫੜ ਕੇ ਦਿਖਾ ਕਰੋ ਚੈੱਕ ਇਹ ਖੱਟਾਂ ਦਾ ਵੇਖ ਲਾ ਉਹ ਸ਼ਾਹ ਕੀ ਆ ਖੱਟਾਂ ਦਾ ਰਾਣੀ ਸੁੰਦਰਾ ਫੜੀ ਨਾਲ ਇਹਦਾ ਬਾਜ ਪੱਲਾ ਤੋੜ ਗਿਆ ਵਿਚਾਰੀ ਦਾ ਯਾਰ ਇੱਕ ਇਹਦਾ ਭਾਈ ਆਪਾਂ ਤਾਰੇ ਵਾਲਾ ਹੀ ਛੱਡਿਆ ਸੀਗਾ ਉਹ ਟਾਈਮ ਤੇ ਕੱਟਿਆ ਗਿਆ ਸੀਗਾ ਦਿਖਾਈ ਕਿੱਥੋਂ ਪੱਲਾ ਟੁੱਟਿਆ ਇਹਦਾ ਹਾਂ ਇੱਥੋਂ ਮੋਟਰ ਟੁੱਟਿਆ ਹੋਇਆ ਮੋਟਰ ਤਾਂ ਲੱਗ ਗਿਆ ਮੈਂ ਤਾਂ ਉੱਡਣ ਲੱਗ ਗਈ ਸੀ ਇਹ ਪਹਿਲਾਂ ਉੱਡਦੀ ਸੀ ਉਹ ਘਰ ਨਹੀਂ ਬਣੀ ਇਹ ਵੀ ਉਹਨਾਂ ਦੀ ਭੈਣ ਆ ਭੂਰੇ ਦੀ ਡੱਬੀ ਦੀ ਇਹ ਸਭ ਤੋਂ ਵੱਡੀ ਆ ਜਿਹੜੀ ਇਹਨਾਂ ਚੋਂ ਇਹ ਡੱਬੀ ਆ ਵੱਡੀ ਪਹਿਲੀ ਝੋਲੀ ਦੀ ਆ ਇਹਨਾਂ ਦਾ ਭੂਰਾ ਭਾਈ ਸੀਗਾ ਉਹਦੇ ਅਰਗੇ ਉਹ ਤਾਂ ਬਹੁਤ ਸੁਨੱਖਾ ਭੂਰਾ ਦੌੜਦਾ ਬੜਾ ਸੀ ਉਹ ਬੈਰੀ ਲੈ ਗਈ ਸੀਗੀ ਤੇ ਇਹ ਰੋਕ ਲਿਆ ਗਜਾਇਆ ਨੀ ਫਿਰ ਆਪਾਂ ਤੇ ਇੱਕ ਇਹ ਨੀਲੀ ਗੱਡੀ ਸੀ ਇਹਦੇ ਨਾਲ ਭੂਰਾ ਕੱਢਿਆ ਉਹਦੇ ਨਾਲ ਦਾ ਤੇ ਇਹ ਉੱਧਰ ਛੱਡਿਆ ਨੀ ਭੂਰਾ ਇੱਧਰ ਗਜਾਲਿਆ ਸੀਗਾ ਤੇ ਫਿਰ ਉਹ ਕੀਤਾ ਸੀਗਾ ਤੇ ਉਦੋਂ ਬਾਅਦ ਡੱਬੀ ਗੱਡੀ ਫੇਰ ਆ ਭੂਰਾ ਕੱਢਿਆ ਹੁਣ ਫੇਰ ਭੂਰਾ ਗੱਡੀ ਬੈਠੇ ਆ ਇਹਦੇ ਨਾਲ ਦਾ ਉਹ ਉੱਤਰ ਗਈ ਜਸਵੀਰ ਆਹ ਇਹ ਕਿਹੜੀਆਂ ਅੱਖਾਂ ਚਿੱਟੀਆਂ ਦਾ ਇਹਦੀਆਂ ਅੱਖਾਂ ਦਿਖਾਈ ਅੱਖਾਂ ਇਹ ਨਾ ਚਿੱਟੀਆਂ ਜਿਹਾ ਚਾਹੁੰਦੀ ਨਾ ਹੋਰ ਹੀ ਡਿਫਰੈਂਟ ਜਿਹਾ ਕਲਰ ਆ ਥੋੜਾ ਜਿਹਾ ਹੋਰ ਹੀ ਸ਼ਾਈਨ ਜਿਹੀ ਦਿੰਦਾ ਵਿੱਚ ਵਾਈਟ ਜਿਹਾ ਜਿਹੀ ਇਹ ਉੱਤਰ ਆਪਾਂ ਨੂੰ ਮੰਨ ਗਿਆ ਦੋਸਤ ਆ ਹਾਂ ਉਹਨੇ ਬੱਚੇ ਬਣਾਉਣ ਤਾਂ ਬਲਜਿੰਦਰ ਨੇ ਕਾਕਾ ਕਾਕਾ ਕਹਿੰਦੇ ਰਾਉ ਸਿਆਲ ਅੱਛਾ ਉਹਨੇ ਤੇ ਜਸਵੀਰ ਵਾਲੇ ਉੱਤਰਾਂ ਨੂੰ ਜਿਹੜੀਆਂ ਜੋੜੀਆਂ ਲਾਈਆਂ ਇਹ ਕਿਹੜੇ ਆ ਇਹ ਆਪਣੇ ਕੋਟ ਵਾਲੇ ਦੀ ਧੀ ਆ ਗਈ ਹਰੀਆਂ ਅੱਖਾਂ ਦੀ ਆ ਇਹ ਸੁਨੱਖੀ ਉਹੀ ਤਾਂ ਜਿਹੜੀ ਸਾਡੀ ਲਿਆਂਦੀ ਆ ਇਹ ਆ ਇਹ ਵੀ ਆਪਣੇ ਗਿੱਜੀ ਨੂੰ ਜੀ ਇਹ ਦੋ ਵਾਰੀ ਛੱਡੀ ਦੋਨੇ ਵਾਰੀ ਦੀਪੇ ਕੇ ਘਰੇ ਉੜ ਗਈ ਪੰਡਤਾਂ ਦੇ ਉੱਥੋਂ ਲੈ ਕੇ ਆਉਂਦੀ ਦੋਨੇ ਵਾਰੀ ਫਿਰ ਉਦੋਂ ਬਾਅਦ ਛੱਡੀ ਨੇ ਪਰ ਰੱਖ ਲਈ ਇਹਦਾ ਭਾਈ ਬੋਲਦਾ ਹੁਣ ਇਹਦਾ ਭਰਾ ਕੱਢਿਆ ਉਹ ਰਾਜੇ ਨੇ ਲੈ ਜਾਣਾ ਉਹ ਦਿਖਾਈ ਉਹ ਕਦੇ ਚੜਿਆ ਫਿਰਦਾ ਇਹ ਕਬੂਤਰ ਵੀ ਇੱਕ ਸਹਿਤਾ ਜਿਹੜਾ ਮਰਜ਼ੀ ਬੰਦਾ ਲੈ ਜੇ 5 ਮਿੰਟ ਉਹਦੇ ਜਾਲ ਚ ਪਾ ਕੇ ਤੇ ਉੱਲਾ ਮਾਰ ਦੇਵੇ ਉੱਥੇ ਹੀ ਬਹਿੰਦਾ ਠੀਕ ਉਹ ਘਰੇ ਬਹਿੰਦਾ ਇਹ ਕਬੂਤਰ ਵੇਲਾ ਪਹਿਲਾਂ ਰਣੀਏ ਦੇਤਾ ਉਹਨਾਂ ਦੇ ਘਰੇ ਉਹਨੇ 15-20 ਮਿੰਟ ਜਾਲ ਚ ਪਾਇਆ ਉਦੋਂ ਨਿਕਲ ਗਿਆ ਇਹ ਕਬੂਤਰ ਬਈ ਉੱਥੇ ਦਿਨਸ਼ ਪਾ ਕੇ ਉਹਦੇ ਘਰੇ ਬੈਠਾ ਫਿਰ ਉੱਥੇ ਖਿੱਚ ਗਿਆ ਫਿਰ ਉੱਥੋਂ ਕਬੂਤਰ ਦੇਤਾ ਇਹ ਮੁੰਡਾ ਯਾਰ ਦੋ ਸੀਗਾ ਖੋਸੇ ਕੋਟਲੇ ਦਾ ਮਾਮੀ ਆ ਉਹਨੂੰ ਦੇਤਾ ਉਹਨੇ ਜਾ ਕੇ ਛੱਡਿਆ ਉਹਦੇ ਘਰੋਂ ਵੀ ਨਿਕਲ ਗਿਆ ਸੀ ਦੂਜੇ ਤੀਜੇ ਦਿਨ ਉਹ ਜੋੜੇ ਲਾਉਣ ਤੋਂ ਨਿਕਲ ਗਿਆ ਤੇ ਉੱਥੇ ਖਿੱਚ ਗਿਆ ਜਿਹੜੇ ਆ ਲਿਆ ਆਪਾਂ ਜੋੜੇ ਤੋੜੇ ਵੇ ਆ
ਆਹੇ ਤਾਂ ਸੀਗੇ ਤਾਂ ਥੱਲੇ ਲੈ ਜਾਂਦੇ ਆ ਕਬੂਤਰੀ ਆ ਜਿਹੜੀ ਹਾਂ ਆਪਣੀ ਵੱਡੀ ਜਿਹੜੀ ਮੀਰਾ ਮੁੱਲ ਲਏ ਸੀ ਜੋੜਾ ਉਹਨਾਂ ਦੀ ਧੀ ਆ ਇਹ ਜਮਾਂ ਦੀ ਮਾਂ ਦੀ ਕਾਪੀ ਆ ਇਹ ਫਿਰ ਆਪਾਂ ਰੱਖ ਲਈ ਸੀ ਇਹ ਛੱਡੀ ਨਹੀਂ ਸੀਗੀ ਇਹਦੇ ਭੈਣ ਭਾਈ ਆਪਾਂ ਵਿਝਾਲੇ ਸੀਗੇ ਬਾਜੀਆਂ ਵੀ ਕਿੱਡੇ ਵਧੀਆ ਉੱਡੇ ਆ ਅਤੇ ਇਹ ਰੱਖ ਲਈ ਸੀਗੀ ਪੱਟੀ ਇੱਕ ਇਹਦੇ ਹੁਣ ਬੱਚੇ ਕਿਹੜਾ ਉਹ ਕਿਹੜਾ ਵਾ ਤਾਂ ਉੱਪਰਲਾ ਨਹੀਂ ਲਾਇਆ ਡੱਬਾ ਇਹ ਵੱਡਾ ਕਬੂਤਰ ਨਹੀਂ ਆਪਣਾ ਜਿਹੜਾ ਮਾਣੂ ਕਿਹੜਾ ਕਾਕੇ ਕਿਹੜਾ ਹਾਂ ਓਹਦੇ ਕੋਲ ਹੁਣ ਆਈ ਬੱਚੇ ਬੁੱਚੇ ਕੱਢ ਕੇ ਹੁਣ ਇਹ ਆਂਡੇ ਨੀ ਧਰੇ ਹੁਣ ਇਹਨੂੰ 10-15 ਦਿਨ ਛੱਡਾਂਗੇ ਵਿਹਲੀ ਉਦੋਂ ਬਾਅਦ ਜੋੜੀ ਲਾ ਕੇ ਵੇਖਾਂਗੇ ਜੇ ਧਰ ਲਈ ਆ ਗਈ ਆ ਲੰਡੇ ਦੇ ਭਰਾ ਦੀ ਪੱਠੀ ਇਹ ਬਹੁਤ ਵੱਡੀ ਸੀਗੀ ਆਪਣੇ ਘਰੇ ਇਹਦੇ ਸਾਤਾ ਅਤੇ ਲਾ ਹਰਾ ਡੰਡਾ ਪਾਇਆ ਹੁੰਦਾ ਸੀਗਾ ਕਬੂਤਰੀ ਨੇ ਆਪਣੇ ਇਹਨੇ ਦੈਣੀ ਛਪਾਏ ਉਦੋਂ ਠੀਕ ਉਦੋਂ ਮੌਸਮ 'ਚ ਫਿਰ ਖਰਾਬ ਹੋਣ ਲੱਗ ਗਿਆ ਇੱਕ ਇਹ ਭੈਣ ਨੇ ਰਾਤ ਨੂੰ ਬਾਹਰ ਰਹਿਣ ਲੱਗ ਗਈ ਸੀ 2-3 ਵਾਰੀ ਬਾਹਰ ਰਹਿ ਗਈ ਸੀ ਫਿਰ ਰੱਖ ਲਈ ਛੱਡੀ ਗਈ ਸੀ ਇਹ ਲੰਡੇ ਦੇ ਭਰਾ ਦੀ ਆ ਪਹਿਲਾਂ ਕਲਰ ਕੀਤਾ ਸੋਹਣਾ ਲੱਗਿਆ ਨਾ ਆਪਣਾ ਰੰਗ ਸੋਹਣਾ ਲੱਗਦਾ ਨਾ ਇਹ ਕਬੂਤਰੀ ਆਪਣੇ ਦੱਦਾ ਹੂਰ ਵਾਲੇ ਕਬੂਤਰਾਂ ਚੋਂ ਖੱਟੀਆਂ ਅੱਖਾਂ ਵੀ ਠੀਕ ਆ ਅਤੇ ਉੱਥੇ ਉਧਰਲੇ ਖੱਡੇ ਵਾਲੇ ਜਗ੍ਹਾ ਹੁਣ ਥੱਲੇ ਹਾਲੇ ਵੜ ਜਾਂਦਰੀ ਆ ਇਹ ਆ ਗਿਆ ਲਿਬੜਿਆ ਜਿਹਾ ਲਿਬੜ ਗਿਆ ਸੀਗਾ ਇਹ ਯਾਰ ਤਾਂ ਤਾਂ ਇੱਕ ਟੋਕਰੀ 'ਚ ਆਂਡੇ ਧਰੇ ਬੱਚੇ ਕੱਢੇ ਹੋਏ ਸੀਗੇ ਇਹਨਾਂ ਦੇ ਥੱਲੇ ਆਂਡੇ ਧਾਲ ਲਿਓ ਭੈਣ ਦਾ ਤੋਂ ਬਿੱਠਾ ਮਾਰ ਮਾਰ ਕੂਤਰ ਕੂਤਰੀ ਦੋਨੇ ਲਵੇੜਤੇ ਇਹ ਆ ਗਿਆ ਲੰਡੇ ਦਾ ਫਾਦਰ ਸਾਹਿਬ ਫਾਦਰ ਪਿਓ ਠੀਕ ਉਸ ਪੱਟਤਾ ਸੀਗਾ ਉੱਤੇ ਥੋੜ੍ਹਾ ਜਿਹਾ ਯਾਰ ਲੰਡੇ ਦਾ ਪਿਓ ਵੇਖੋ ਪੱਲੇ ਕਿੱਥੇ ਕਿੰਨੇ ਚੌੜੇ ਆ ਅਤੇ ਲੰਡਾ ਵੀ ਇਹਦੀ ਕੁੱਪ ਕੋਈ ਆ ਜਿੰਨੇ ਕੱਢੇ ਨੇ ਇੰਨੀ ਲੰਮੇ ਲੰਮੇ ਕੱਢੇ ਆ ਅਤੇ ਆਪਦੀ ਕਾਫੀ ਕੱਢੇ ਆ ਬਾਬੇ ਦੀ ਮਿਹਰ ਨਾਲ ਅਤੇ ਸਾਰੇ ਹੀ ਉੱਡੇ ਆ ਇਹ ਵੀ ਨਹੀਂ ਕੋਈ ਜਿਹੜੀ ਮਰਜ਼ੀ ਕਬੂਤਰੀ ਨਾਲ ਲੱਗਦੀ ਠੀਕ ਆ ਕਬੂਤਰੀ ਲੰਡੇ ਦੀ ਮਾਂ ਮਦਰ ਹਾਂ ਇਹ ਬੋਧੀ ਵਾਲੇ ਬੱਚੇ ਵੀ ਕੱਢ ਜਾਂਦੀ ਹੈ ਜਿਹੜੇ ਬੋਧੀ ਨੇ ਤਾਂ ਇਹ ਹੈ ਤਾਂ ਆਪਣੇ ਕੋਲ ਬੋਧੀ ਵਾਲਾ ਨਹੀਂ ਨਹੀਂ ਆਪਣੇ ਕੋਲ ਕਿਹਦੇ ਕੋਲ ਸੀ ਆਵਾਜ਼ ਗਈ ਇਹ ਜੰਟੇ ਵਾਲੇ ਕਬੂਤਰਾਂ ਨਾਲ ਪਾ ਦੇਈਏ ਬੋਧੀ ਵਾਲੇ ਬੱਚੇ ਕੱਢ ਵਾਲੇ ਸ਼ਾਕੀ ਇਹਦੋਂ ਇੱਕ ਦੋ ਵਾਰੀ ਕਢਾਏ ਆ ਬੱਚੇ ਬੋਧੀ ਵਾਲੇ ਗਵਾਚ ਗਏ ਸੀਗੇ ਅਤੇ ਇਹ ਹੈ ਲੰਡੇ ਦੀ ਮਾਂ ਇਹ ਕਿਹੜੀ ਆ ਪੁੰਨੂ ਵਾਲੇ ਕਬੂਤਰਾਂ ਨੇ ਅੱਛਾ ਇਹ ਭੁੱਲਰਾਂ ਤੋਂ ਹੀ ਲਿਆਂਦੀ ਪੁੰਨੂ ਦੇ ਪਿੰਡੋਂ ਕਬੂਤਰੀ ਬੱਚੇ ਕਢਾਉਣ ਨੂੰ ਚਿੱਟੀਆਂ ਅੱਖਾਂ ਦੀ ਪੁੰਨੂ ਕੇ ਘਰੋਂ ਹੀ ਹੈਗੀ ਇੱਕ ਹਿਸਾਬ ਨਾਲ ਕਬੂਤਰੀ ਮੌਜੀ ਆ ਆਹੋ ਮੌਜ ਮੌਜ ਦੇਖੋ ਸੌਖਣਾ ਬਹੁਤ ਆ ਬੱਚੇ ਵੀ ਬੋਰ ਦੇ ਬਾਬੇ ਜੀ ਮੈਨੂੰ ਆ ਕਿਹੜਾ ਆਪਣਾ ਮੁੰਡਾ ਨਾ ਯਾਰ ਦੋ ਦਿੱਤਾ ਹਾਂ ਉਹਨੇ ਆਪਾਂ ਨੂੰ ਜੋੜਾ ਦਿੱਤਾ ਸੀਗਾ ਬੱਚੇ ਕਢਾਉਣ ਨੂੰ ਇਹ ਉਦੋਂ ਨਾ ਉਹ ਮੁੜ ਕੇ ਜੋੜਾ ਲੈ ਗਿਆ ਸੀਗਾ 15 ਦਿਨਾਂ ਬਾਅਦ ਵਾਪਸ ਉਹਦੇ ਆਂਡੇ ਚੱਕ ਲਏ ਕਬੂਤਰ ਦੇ ਆਪਾਂ ਕਬੂਤਰ ਬਾਹਲਾ ਚੰਗਾ ਸੀਗਾ ਅਤੇ ਇਹ ਉਹਦਾ ਪੋਤਾ ਹੈ ਇਹ ਧੰਨੇ ਵਾਲੇ ਕਬੂਤਰਾਂ 'ਚੋਂ ਬਾਹਲਾ ਚੰਗਾ ਕਬੂਤਰ ਇਹ ਆਪਾਂ ਗਜਾਇਆ ਨਹੀਂ ਸੀਗਾ ਰੱਖ ਲਿਆ ਸੀਗਾ ਹੁਣ ਮੁੰਡਾ ਮੰਗਦਾ ਸੀਗਾ ਬੱਚਾ ਬੱਚੇ ਕਢਾਉਣ ਨੂੰ ਇਹ ਵੀ ਉਹਦੇ ਕੋਲ ਕਬੂਤਰ ਮਰ ਮੁੜ ਗਿਆ ਇਹ ਮੁੰਡਾ ਯਾਰ ਦੋਸਤ ਆਪਣਾ ਉਹਨੇ ਦਿੱਤਾ ਸੀਗਾ ਆਂਡੇ ਕਢਾਉਣ ਬੱਚੇ ਇਹਦਾ ਪਿਓ ਦੇ ਮਾਂ ਪਿਓ ਦਿੱਤੇ ਸੀਗੇ ਬੱਚੇ ਕਢਾਉਣ ਆ ਕਿਹੜੀ ਹੈ ਚੀਨੀ ਇਹ ਚੀਨੀ ਆ ਨਾ ਇਹ ਮੁੰਡਾ ਯਾਰ ਦੋਸਤ ਆ ਉਹਨਾਂ ਦੇ ਲੱਕੇ ਰੱਖੇ ਆ ਯਾਰ ਉਹਨਾਂ ਦੇ ਘਰੇ ਡਿੱਗ ਪਈ ਸੀ ਕਿਸੇ ਰੱਬ ਜਾਣੇ ਆ ਲਾਂਭ ਪੈਂਡ ਆ ਮੁੰਡਾ ਯਾਰ ਦੋਸਤ ਆਪਣਾ ਉਹਨਾਂ ਦੇ ਘਰੇ ਲੱਕਾਂ 'ਚ ਡਿੱਗ ਪਈ ਅਤੇ ਮੈਨੂੰ ਕਹਿੰਦਾ ਯਾਰ ਕਬੂਤਰ ਫਿਰਦਾ ਕੁੱਡਣਾ ਅਤੇ ਲੈ ਕੇ ਜਾਣਾ ਦਾ ਇਹ ਸੀਗੀ ਲਿਬੜੀ ਜੀ ਅਤੇ ਜੋ ਮੈਂ ਵੇਖੀਏ ਇਹਦੇ ਮੂਹਰਾਂ ਲੱਗੀਆਂ ਹੋਈਆਂ ਦੋ ਤਿੰਨ ਅਤੇ ਇਹ ਕਬੂਤਰੀ ਪਹਿਲਾਂ ਤਾਂ ਲੁੱਟਰ ਆਏ ਵਾਂਗੂ ਛੱਡੀ ਰੱਖੀ ਫਿਰ ਇਹਦੇ ਆਪਾਂ ਬੱਚੇ ਕਢਾਏ ਦੋ ਮੁੰਡਾ ਸੰਘੇ ਨੇ ਕਬੂਤਰ ਦਿੱਤਾ ਜੀ ਆਪਾਂ ਨੂੰ ਕਾ ਕਾਣਾ ਉਹਦੇ ਨਾਲ ਕਬੂਤਰ ਤੋਂ ਮਰ ਗਿਆ ਸੀਗਾ ਬਾਅਦ 'ਚ ਆਪਣੇ ਤੋਂ ਬਿਮਾਰੀ 'ਚ ਆ ਕੇ
ਉਹਦੇ ਨਾਲ ਇਹਦੇ ਬੱਚੇ ਕਢਾਏ ਸੀਗੇ ਤੇ ਮੁੜ ਕੇ ਕਬੂਤਰੀ ਤਾਂ ਆਪਾਂ ਛੱਡਿਆ ਨਹੀਂ ਸੀ ਉੱਥੇ ਮਾਣੂਗੀ ਤੇ ਉਹ ਕਬੂਤਰ ਦੇ ਉਹ ਕਬੂਤਰ ਇੱਥੇ ਸੀਗਾ ਕਾਣਾ ਜਦੋਂ ਆਪਣੇ ਬਿਮਾਰੀ ਪਈ ਆ ਮਰ ਗਿਆ ਸੀਗਾ ਤੇ ਉਹਦੇ ਨਾਲ ਦੋ ਪੱਠੇ ਕੱਢੇ ਇੱਕ ਪੱਠਾ ਕੱਢੇ ਇੱਕ ਪੱਠੀ ਲਾਲ ਜੀਨੀ ਕੱਢੀ ਸੀ ਪੱਠੀ ਇੱਕ ਪੱਠਾ ਕੱਢਾਈ ਜਾਣੇ ਕਾਲਾ ਜੀਨਾ ਬੜਾ ਉੱਡੇ ਸੀਗੇ ਤੇ ਪੱਠਾ ਤਾਂ ਮਰ ਗਿਆ ਬਿਮਾਰੀ 'ਚ ਪੱਠੀ ਇਹਦੀ ਫਿਰਦੀ ਹੈ ਜੀ ਆਪਣੇ ਕੋਲ ਲਾਲ ਜੀਨੀ ਤਾਣਿਆ ਕਬੂਤਰ ਹੁੰਦਾ ਸੀਗਾ ਆਪਣੇ ਯਾਰ ਦਾ ਸੰਘੇ ਦਾ ਪੁੱਟਰ ਵਾਲੇ ਦਾ ਉਹ ਉਹਦੇ ਨਾਲ ਲਾ ਕੇ ਦੀ ਲਾਲ ਬਹੁਤ ਉੱਡੀ ਸੀਗੀ ਜਰਨੈਲ ਵਾਲੇ ਕਬੂਤਰਾਂ ਚੋਂ ਇਹ ਉਧਰ ਹੀ ਆਇਆ ਥਰਡ ਏਰੀਏ ਚੋਂ ਇਹ ਜਰਨੈਲ ਵਾਲੇ ਕਬੂਤਰਾਂ ਚੋਂ ਬਹੁਤ ਚੰਗਾ ਆਪ ਵੀ ਇਹ ਬਾਰੀਆਂ ਛੁੱਟਿਆ ਵਾਧੂ ਇੱਕ ਬਾਜੀ ਤੋਂ ਹਿੱਲ ਗਿਆ ਸੀਗਾ ਨਾਲ ਦੇ ਪਿੰਡ ਉੱਠ ਗਏ ਬਾਜੀ ਨੇ ਵੇੜਤੀ ਸੀ ਇੱਕ ਤੇ ਇਹ ਹਿੱਸਾ ਲਿਆ ਵਾ ਠੀਕ ਉਹਦੇ ਆਏ ਸੀਗਾ ਦੇਵੇ ਆਹਾ ਕਬੂਤਰ ਆ ਜਿਹੜਾ ਦੇਖੋ ਪੱਲੇ ਵਿਖਾਏ ਪੱਲੇ ਦਾ ਪੜਾ ਚੰਗਾ ਕਬੂਤਰਾ ਪਹਿਲਾਂ ਕਬੂਤਰ ਦੇ ਦਰਸ਼ਨ ਕਰਾ ਚਿੱਟੀਆਂ ਅੱਖਾਂ ਹਾਂ ਲਾਲ ਚੀਨਾ ਕਬੂਤਰ ਲਾਲ ਚੀਨਾ ਧੰਨੇ ਗਾਲੇ ਕਬੂਤਰਾਂ ਚੋਂ ਕਰਿਓ ਦਰਸ਼ਨ ਪੱਲੇ ਦੇਖ ਪੱਲੇ ਕਿਹੜੇ ਕਿਹੜੇ ਗਰਮ ਬਲੱਡ ਭਲਾ ਚੰਗਾ ਇਹਦੇ ਨਾਲ ਕਬੂਤਰੀ ਲਾਈ ਆਹ ਗਾਲੜਾ ਚੋਂ ਅੱਛਾ ਆ ਛੱਡਦੇ ਉਹ ਛੱਡਦੇ ਆ ਦਿਖਾ ਦੇ ਕਬੂਤਰ ਵੇਖਾ ਦੇ ਨਾ ਮੜਾ ਇੱਕ ਕਰਦਾ ਉਹ ਕਿੱਦਾਂ ਫਿਰਦਾ ਬੱਚੇ ਕੱਢੇ ਉਹਦੇ ਬੱਚੇ ਕੱਢੇ ਆ ਗਾਲੜ ਵਾਲੀ ਇਹ ਗਾਲੜ ਕਬੂਤਰ ਆ ਇਹ ਕਬੂਤਰੇ ਆਪਾਂ ਲਿਆਂਦੀ ਆ ਵੀ ਮੁੰਡੇ ਤੋਂ ਇਹਦੀਆਂ ਵੀ ਅੱਖਾਂ ਚਿੱਟੀਆਂ ਜੀਆਂ ਚਿੱਟੀਆਂ ਅੱਖਾਂ ਦੀਆਂ ਬੱਚੇ ਦੇ ਚਾਰ ਚਾਰ ਕਾਰਡ ਪਹਿਲਾਂ ਕੱਢੇ ਹੋਏ ਆ ਬਾਬੇ ਵੀ ਇਹਨਾਂ ਗੱਜ ਗਏ ਦੋ ਹੋਰ ਕੱਢੀ ਬੈਠੀ ਆ ਪਹਿਲਾਂ ਮੁੰਡਾ ਯਾਰ ਦੋ ਕਬੂਤਰ ਲਿਆਂਦੇ ਗਾਲੜੀ ਉਹਦੇ ਨਾਲ ਕਢਾਏ ਆ ਬੱਚੇ ਬਹੁਤ ਚੰਗੇ ਗਾਲੜ ਕੱਢੇ ਨੇ ਅਤੇ ਹੁਣ ਇਹਦੇ ਨਾਲ ਲਾਈ ਵੀ ਆ ਗਾਲੜ ਕਬੂਤਰਾਂ ਚੋਂ ਆਏ ਕਬੂਤਰੀ ਇਹ ਆਪ ਵੀ ਕਬੂਤਰੀ ਪਾਲੀ ਡਾਵੀ ਸੀਗੀ ਮੁੰਡੇ ਜਦੋਂ ਲਿਆਂਦੀ ਆਪਾਂ ਮੁੰਡਾ ਦੱਸਦਾ ਸੀਗਾ ਬਾਲੀ ਚੰਗੀ ਤੇਰੇ ਦਰਸ਼ਨ ਕਰਾ ਦਿੰਦੇ ਹਾਂ ਮੂਹਰੇ ਉਹਨਾਂ ਮੌਜੀ ਦਾ ਪੁੰਨੀ ਗਲੀ ਬੈਠੀ ਆ ਮੌਜ ਪੈਰੀ ਲੰਡੇ ਦਾ ਮਾਂ ਲੰਡੇ ਦਾ ਮਾਂ ਪਿਓ ਆਈ ਹੋਪ ਕਿ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ ਬਾਕੀ ਕਮੈਂਟ ਕਰ ਦਿਆ ਕਰੋ ਅਤੇ ਕਮੈਂਟ ਕਰਕੇ ਦੱਸਿਆ ਕਰੋ ਜੇ ਕੋਈ ਗਲਤੀ ਹੋਈ ਹੁੰਦੀ ਆ ਜਾਂ ਕੁਛ ਵੀ ਕਮੈਂਟ ਕਰ ਦਿਆ ਕਰੋ ਜੋ ਜੋ ਚੀਜ਼ ਵਧੀਆ ਲੱਗਣੀ ਤਾਂ ਵੀ ਕਮੈਂਟ ਕਰ ਦਿਆ ਕਰੋ ਬਾਕੀ ਤੁਸੀਂ ਆਪਣੇ ਚੈਨਲ ਇੱਦਾਂ ਹੀ ਪਿਆਰ ਦਿੰਦੇ ਰਹੋ ਅਤੇ ਆਪਾਂ ਤੁਹਾਡੇ ਲਈ ਵਧੀਆ ਵਧੀਆ ਦਿੱਲੀ ਨਵੇਂ ਨਵੇਂ ਨਿਊ ਨੂੰ ਕਹਿਣ ਕਹਿਣ ਜਿਹੇ ਵਲੌਗ ਲੈ ਕੇ ਆਵਾਂਗੇ ਅਤੇ ਬਾਕੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਨੈਕਸਟ ਵਲੌਗ ਦੇ ਲਵ ਯੂ ਟੇਕ ਕੇਅਰ ਬਾਏ ਟਾਟਾ